ਪਿਛਲੇ ਦਿਨੀ ਅਣਪਛਾਤੇ ਵਿਅਕਤੀਆਂ ਵੱਲੋਂ ਹਨੀ ਮਹਾਜਨ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਅਤੇ ਅਸ਼ੋਕ ਕੁਮਾਰ ਦਾ ਕਤਲ ਹੋ ਗਿਆ ਸੀ। ਅੱਜ ਨੌਜਵਾਨ ਅਸ਼ੋਕ ਕੁਮਾਰ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਅਸ਼ੋਕ ਕੁਮਾਰ ਦੇ ਭੋਗ ਤੇ ਮੋਤਬਾਰ ਲੋਕ ਅਤੇ ਹਰ ਪਾਰਟੀ ਦੇ ਲੀਡਰ ਪਹੁੰਚੇ। ਮੈਂ ਉਹ ਕਹਿੰਦਾ ਜੀ ਉਹਨਾਂ ਨੂੰ ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੇਰਾ ਕੋਈ ਵੀ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਗਾ, ਮੈਨੂੰ ਉਹਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਬਸ, ਵੀ ਮੇਰੇ ਪੁੱਤਾਂ ਨੂੰ ਕਿਉਂ ਮਾਰਿਆ ਗਿਆ, ਕਿਹੜੀ ਗੱਲੋਂ ਮਾਰਿਆ ਗਿਆ। ਅਤੇ ਮੈਨੂੰ ਇਹੋ ਹੀ ਠੋਸ ਵਜੇ ਮੇਰੇ ਪੁੱਤ ਨੂੰ ਕਿਉਂ ਮਾਰਿਆ ਗਿਆ, ਬਸ ਮੈਨੂੰ ਇੱਕ ਉਹਨਾਂ ਨੂੰ ਹੋਣਾ ਚਾਹੀਦਾ ਨਜਾਇਜ਼ ਕਿਉਂ ਮਾਰਿਆ, ਸਾਡਾ ਕਿਸੇ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ, ਆਪਣਾ ਕਾਰੋਬਾਰ ਕਰਿਆਨੇ ਦੀ ਦੁਕਾਨ 'ਤੇ ਆਪਣਾ ਕਾਰੋਬਾਰ ਕਰਦੇ ਹਾਂ, ਉਹ ਰੋਟੀ ਕਮਾ ਕੇ ਖਾਂਦੇ ਹਾਂ, ਉਹ ਨਜਾਇਜ਼ ਮੇਰੇ ਪੁੱਤ ਨੂੰ 6 ਵਜੇ ਮੈਂ ਆਪਣੇ ਘਰੋਂ ਗਿਆ, ਜਦੋਂ ਮੈਂ 6:20 'ਤੇ ਆਇਆ ਉਦੋਂ ਮੇਰਾ ਪੁੱਤ ਮਾਰ ਕੇ ਗੋਲੀਆਂ ਮਾਰ ਕੇ ਚੱਲ ਗਏ, ਤੇ ਬਿਲਕੁਲ ਨਜਾਇਜ਼ ਹੋਈ ਆ। ਮੈਂ ਪੁਲਿਸ ਅੱਗੇ ਪ੍ਰਸ਼ਾਸਨ ਅੱਗੇ ਇਹੋ ਹੀ ਬੇਨਤੀ ਕਰਦਾ ਕਿ ਜਿਹੜਾ ਮੇਰਾ ਪੁੱਤ ਦਾ ਸਹੀ ਕੰਮ ਆ ਉਹ ਹੋਣਾ ਚਾਹੀਦਾ ਬਸ। ਕਾਤਲ ਨੇ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਮਾਰਿਆ, ਛੇਤੀ ਛੇ ਤੋਂ ਮੇਰੀ ਮੰਗ ਹੈ ਵੀ ਉਹ ਫੜੇ ਜਾਣ, ਸਾਡੇ ਜੋ ਮਨ ਨੂੰ ਜਿਹੜਾ ਉਹ ਹੌਸਲਾ ਹੋ ਸਕੇ। ਸਰਕਾਰਾਂ ਅੱਗੇ ਬੇਨਤੀ ਸਾਡੀ ਇਹੋ ਹੀ ਆ ਵਾਰ ਵਾਰ। ਅੱਜ ਸਾਡੇ ਧਾਰੀਵਾਲ ਸ਼ਹਿਰ ਦੇ ਵਿੱਚ ਸਾਡੇ ਨੌਜਵਾਨ ਅਸ਼ੋਕ ਕੁਮਾਰ ਜੀ ਦੇ, ਜਿਨ੍ਹਾਂ ਨੂੰ ਥੋੜ੍ਹੇ ਦਿਨ ਪਹਿਲਾਂ ਅਣਪਛਾਤੇ ਲੋਕਾਂ ਨੇ ਰਾਤ ਨੂੰ ਆ ਕੇ ਗੋਲੀਆਂ ਮਾਰਤੀਆਂ ਸੀਗੀਆਂ, ਉਹਨਾਂ ਦਾ ਭੋਗ ਸੀਗਾ। ਬਹੁਤ ਦੁੱਖ ਦੀ ਗੱਲ ਹੈ, ਸਾਰੇ ਸਮਾਜ ਦੇ ਲੋਕ, ਸਾਰੇ ਇਲਾਕੇ ਦੇ ਲੋਕ, ਸਾਰੇ ਪਾਰਟੀਆਂ ਦੇ ਲੋਕ ਵੀ ਇੱਥੇ ਦੁੱਖ ਸਾਂਝਾ 'ਚ ਕਰਨ ਲਈ ਆਏ ਨੇ। ਔਰ ਇਹ ਬੜੀ ਮੰਦਭਾਗੀ ਘਟਨਾ ਹੈਗੀ ਕਿ ਸ਼ਾਮ ਨੂੰ ਆ ਕੇ ਅਣਪਛਾਤੇ ਲੋਕ ਆਉਂਦੇ ਨੇ ਔਰ ਅਸ਼ੋਕ ਕੁਮਾਰ ਜੀ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ। ਇਸ ਤਰ੍ਹਾਂ ਲੱਗਦਾ ਵੀ ਸ਼ਹਿਰ ਦੇ ਵਿੱਚ, ਇਲਾਕੇ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈਗਾ। ਸੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਲਾਕੇ ਦੀ ਜਿਹੜੀ ਹੈਗੀ ਸਿਕਿਉਰਿਟੀ ਜਿਹੜੀ ਹੈਗੀ ਉਹ ਵਧਾਈ ਜਾਏ, ਇਹ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਇਹਨਾਂ ਦੇ ਉੱਪਰ ਕੰਟਰੋਲ ਕੀਤਾ ਜਾਏ, ਲੋਕਾਂ ਦੇ ਵਿੱਚ ਬਹੁਤ ਦਹਿਸ਼ਤ ਹੈਗੀ। ਸੋ ਜਦੋਂ ਅਸੀਂ ਪ੍ਰਸ਼ਾਸਨ ਜਿਹੜਾ ਹੈਗਾ ਜਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਸਾਡਾ ਜਾਨ ਮਾਲ ਦੀ ਰੱਖਿਆ ਦੀ ਗੱਲ ਕਰਦੀਆਂ ਨੇ ਤਾਂ ਫਿਰ ਸਾਡੀ ਜਾਨ ਮਾਲ ਰੱਖਿਆ ਜਿਹੜੀ ਸੁਰੱਖਿਅਤ ਕਿਉਂ ਨਹੀਂ ਹੈਗੀ। ਸੋ ਮੈਂ ਬਹੁਤ ਗਹਿਰਾ ਦੁੱਖ ਪ੍ਰਗਟ ਕਰਦਾ ਕਿ ਇਸ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਜਿਹੜਾ ਪਰਿਵਾਰ ਹੈ, ਹਾਲਾਂਕਿ ਇਹ ਜਿਹੜਾ ਦੁੱਖ ਜਿਹੜਾ ਵੰਡਿਆ ਨਹੀਂ ਜਾ ਸਕਦਾ, ਘਟਾਇਆ ਨਹੀਂ ਜਾ ਸਕਦਾ, ਇਸ ਪਰਿਵਾਰ ਨੂੰ ਇਹ ਦੁੱਖ ਜਿਹੜਾ ਹੈਗਾ ਮੰਨਣ ਦਾ ਭਾਣਾ ਬਖਸ਼ੇ। ਔਰ ਮੈਂ ਪ੍ਰਸ਼ਾਸਨ ਤੋਂ ਫਿਰ ਮਦਦ ਕਰਾਂ, ਬੇਨਤੀ ਕਰਾਂਗਾ ਕਿ ਇਹ ਜਿਹੜੀ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਇਹ ਜਿਹੜੀ ਗਹਿਰਾਈ ਤੱਕ ਜਾਇਆ ਜਾਏ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਏ। ਔਰ ਜਿਹੜਾ ਪਰਿਵਾਰ ਹੈ, ਜਿਹੜਾ ਬੜਾ ਸਦਮੇ 'ਚ ਪਰਿਵਾਰ ਹੈ, ਉਹਨਾਂ ਦਾ ਜਿਹੜਾ ਇੱਕ ਬਹੁਤ ਵੱਡਾ ਘਾਟਾ ਹੋਇਆ, ਉਹਨਾਂ ਨੂੰ ਮਾਲੀ ਤੌਰ 'ਤੇ ਉਹਨਾਂ ਨੂੰ ਮਦਦ ਕਰਕੇ ਜਿਹੜਾ ਹੈਗਾ ਉਹਨਾਂ ਦਾ ਘਾਟਾ ਪੂਰਾ ਕੀਤਾ ਜਾਏ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ ਔਰ ਬਣਦਾ ਵੱਧ ਤੋਂ ਵੱਧ ਮੁਆਵਜ਼ਾ ਜਿਹੜਾ ਦਿੱਤਾ ਜਾਏ ਤਾਂ ਜੀ ਪਰਿਵਾਰ ਜਿਹੜਾ ਹੈਗਾ ਆਪਣਾ ਅੱਗੇ ਰੋਜ਼ੀ ਰੋਟੀ ਚੰਗੀ ਤਰ੍ਹਾਂ ਚਲਾ ਸਕੇ। ਵਾਹਿਗੁਰੂ। ਅੱਜ ਜਿਹੜਾ ਅਸੀਂ ਅਸ਼ੋਕ ਕੁਮਾਰ ਦੇ ਇੱਥੇ ਸ਼ੋਕ ਸਮਾਗਮ ਵਿੱਚ ਪਹੁੰਚੇ ਹਾਂ, ਬੜਾ ਸ਼ੋਕਮਈ ਸਮਾਗਮ ਸੀ ਅਤੇ ਇਲਾਕੇ ਵਾਸਤੇ ਬੜਾ ਵੱਡੀ ਸੱਟ ਸੀ ਕਿ ਇਹ ਗੋਲੀਆਂ ਮਾਰ ਕੇ ਇਸ ਮੇਰੇ ਵੀਰ ਨੂੰ ਜਿਹੜਾ ਮਾਰਿਆ ਗਿਆ, ਕਿਉਂਕਿ ਪ੍ਰਸ਼ਾਸਨ ਦੀ ਵੀ ਕਿਤੇ ਨਾ ਕਿਤੇ ਢਿੱਲ ਜ਼ਰੂਰ ਹੈ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇੱਥੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਜੇ ਕਾਤਲਾਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਅਸੀਂ ਫਿਰ ਸਾਰੇ ਸ਼ਹਿਰ ਦੇ ਨਾਲ ਵਾਰਤਾਲਾਪ ਕਰਕੇ, ਸਭ ਨਾਲ ਵਾਰਤਾਲਾਪ ਕਰਕੇ ਫਿਰ ਕੁਛ ਨਾ ਕੁਛ ਆਪਾਂ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹ ਬੜੀ ਮਾੜੀ ਘਟਨਾ ਹੋਈ ਹੈ, ਇਹਦਾ ਇਨਸਾਫ ਜਿਹੜਾ ਉਹ ਸਾਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ। ਵਾਹਿਗੁਰੂ। ਆਵਾਜ਼ੀ ਕੰਮ ਟੀਵੀ ਲਈ ਧਾਰੀਵਾਲ ਤੋਂ ਰਣਜੀਤ ਸਿੰਘ ਦੀ ਰਿਪੋਰਟ।